ਤੇ ਚੋਰ ਦਾ ਤੇ ਸਾਧ ਦਾ ਪਤਾ ਹੀ ਲੱਗਦਾ ਹੁੰਦਾ ਹਨਾ ਵੀ ਕਿਹੜਾ ਸਾਧ ਆ ਕਿਹੜਾ ਚੋਰ ਹੈ ਤੇ ਆ ਜਿਹੜੀ ਖੁਲੀ ਮਾ ਤੇ ਆ ਦੇਖੋ 2 ਰੁਪਏ ਇੱਕ ਬਦਾਮ ਤੇ ਇੱਕ ਮਣਕੇ ਜੀ ਇਹ ਕੱਲ ਇੱਕ ਬੂਬਨਾ ਸਾਧ ਪਖੰਡੀ ਆਇਆ ਸੀਗਾ ਘਰੇ ਮੈਂ ਕਿਵੇਂ ਕੀ ਕੀ ਗੱਲ ਹੋਈ ਸੀ ਉਹ ਕਹਿੰਦਾ ਕਿ ਤੁਸੀਂ ਪਾਟ ਕਰਾਵਾਂਗੇ ਇਹ ਪੈਸੇ ਹਾਰ ਲਿਆ ਉਹ ਫਿਰ ਸਰਪੀ ਲੈ ਜਾਣੀ ਹਾਂ ਇਹ ਹੁੰਦਾ ਪੈਸਾ ਸੱਖੇ ਹੋ ਤੁਸੀਂ ਉਦੋਂ ਵਾਰ ਕਹਿੰਦਾ ਕਿ 1300 ਰੁਪਏ ਲਿਆ ਅੰਦਰੋਂ ਅੱਛਾ 1300 ਰੁਪਏ ਲਗਾ ਕੇ ਕਿ ਇਹ ਵੀ ਮੈਂ ਵੜ ਕੇ ਦੂੰਗਾ ਮੰਤਰ ਓਕੇ ਮੰਤਰ ਵੜ ਕੇ ਬਾਕੀ ਮੈਂ ਤੁਹਾਨੂੰ ਫੜਾ ਦੂੰਗਾ ਹਾਂ ਹਾਂ ਉਹਨੇ ਫੜ ਕੇ ਭਾਈ ਉਹ ਕਿਸੇ ਨੂੰ ਦਿਖਾਇਓ ਨਾ ਕਾਗਜ਼ ਜਿੱਦ ਲੈ ਵੇਖ ਲੈ ਹਾਂ ਫੜ ਕੇ ਉਹਦਾ ਜਬਗੀ ਚ ਪਾ ਕੇ ਉਹ ਵਗ ਗਿਆ ਕਹਣਾ ਜਾਂ 600 ਰੁਪਏ ਤੇ ਮੇਰੇ ਪਾਪਾ ਨੂੰ ਕਹਿੰਦਾ ਵੀ ਅਰੇ ਤੂੰ ਪ੍ਰਸਾਦ ਦੇ ਲੈ ਕਹਿੰਦਾ ਤੇਰੇ ਸਰਪ੍ਰਸਤ ਦੇ ਖਾਣੇ ਆਵੇਂ। ਅੱਛਾ। ਹਾਂ, ਬਾਕੀ ਸੰਗਤਾਂ ਰਸੇਉਣਾ ਤੁਸੀਂ। ਗੱਲਾਂ ਨਾ ਕਰੋ ਕਿ ਕੋਈ ਮੰਤਰ ਮੁਰਝੂਪਟ। ਇਹਨਾਂ ਨੂੰ ਤਾਂ ਕਹਿੰਦੇ ਵੀ ਐਂ ਕਰ ਪਹਿਲਾਂ 100 ਰੁਪਏ ਮੱਥਾ ਟਕਵਾ ਲਿਆ। ਫਿਰ ਇਹਨੂੰ ਕਹਿੰਦੇ ਵੀ 1300 ਹੋਰ ਲਿਓ। ਇਹ 1300 ਲੈਣ ਅੰਦਰ ਆ ਗਏ ਤੇ ਉਸ ਤੋਂ ਬਾਅਦ ਫਿਰ ਪਾਪੇ ਨੂੰ ਮੇਰੇ ਨੂੰ ਭੇਜਤਾ ਵੀ ਐਂ ਕਰ ਤੂੰ ਦੁੱਧ ਲਿਆ, ਦੁੱਧ ਦਾ ਗਲਾਸ ਲਿਆ ਤੇ ਪ੍ਰਸ਼ਾਦੇ ਲਿਆ। ਉਹ ਗਾਹ ਮਰੇ ਪਾਪਾ ਮੱਖਣੀ ਭਾਲਦਾ ਫਿਰਦਾ ਫ੍ਰਿਜ ਦੇ ਵਿੱਚੋਂ ਕਿ ਕਿਤੇ ਸਾਧ ਨਰਾਜ਼ ਹੋ ਕੇ ਨਾ ਚੱਲ ਜਣ। ਤੇ ਜਦੋਂ ਇਹ ਕੁਦਰਤੀ ਚਲੋ ਮੰਨਦੇ ਆਪਾਂ 1300 ਨਹੀਂ ਲਗਾਏ 500 ਰੁਪਈਆ ਹਾਂ 500 ਲੇ ਗਏ 500 ਦੇ ਬਦਲੇ ਸਾਨੂੰ ਆ ਮਿਲਿਆ ਜੀ 500 ਚ ਇੱਕ ਬਦਾਮ ਤੇ ਇੱਕ ਆ ਦੋ ਮਣਕੇ ਜੇ ਇੱਕ ਹਰਾ ਇੱਕ ਚਿੱਟਾ ਤੇ 2 ਰੁਪਈਏ ਯਾਨੀ ਸਾਨੂੰ 500 100 ਰੁਪਈਆ ਜਿਹੜਾ ਪਹਿਲਾਂ ਟਿੱਕਾਸ਼ੂ ਵੀ ਲਗੇ ਉਹ ਵੀ ਹਾਂ ਕਹਦਾ ਉਹ ਵੀ ਲੈ ਬੀਬੀ ਇਹਨਾਂ ਦੇ ਵੇਓ ਲੈ ਕੇ ਮੈਂ ਇਕੱਠੇ ਕਰਕੇ ਦੇਉਂਦਾ ਤੂੰ ਤੂੰ ਵੀ ਵਾ ਪਰਲ ਕੰਪਨੀ ਵਾਂਗੂ ਹਨਾ ਫਿਰ ਦੁੱਗਣੇ ਕਰਨਾ ਚਾਹੁੰਦੀ ਸੀ ਤੈਨੂੰ ਐਤੀ ਵੀ ਇਹ ਬਾਬਾ ਖੁਸ਼ੀਆਂ ਦੇਜੂ ਖੁਸ਼ੀਆਂ ਤਾਂ ਅੰਦਰੋਂ ਹੁੰਦੀਆਂ ਨੇ ਆਪਣੇ ਅੰਦਰੋਂ ਨਿਰਮਾ। ਮਿਹਨਤ ਕਰਨੀ ਪੈਂਦੀ ਏ ਇਸ ਲਈ। ਦੀ ਖੁਸ਼ੀ ਆ ਜੀ। ਹਾਂ। ਮਿਲਦੇ ਨੇ ਤਾਂ। ਹੋਰ ਕੀ ਕਹ ਕੇ ਵੀ ਐ ਹੂਤਰਾ ਮੁੰਡਾ ਫਲਾਉਣਾ ਢੂੰਕਾ। ਐ ਸੜਕ ਤੇ। ਮੁੰਡਾ ਅੜਬੜੇ ਨੂੰ ਮੂਗਾ। ਪਹਾੜ ਆਜੇ ਗੱਡੀਆਂ ਆਜੇ। ਤੇ ਰਵਾ ਪਗਾਂ ਦਾ ਗੱਡੀਆਂ ਸਾਡੇ ਖੜੀਆਂ ਕਰੇ। ਅੱਛਾ। ਹਾਂ। ਤੇ ਪਾਪਾ ਮੇਰਾ ਲੈਣ ਆ ਗਏ ਰੋਟੀ ਇੱਧਰ। ਆ ਇਹਨੂੰ ਬੱਸ ਦੱਸਿਓ ਨਾ ਕਿਸੇ ਕੋਈ ਚੁੱਪ ਕਰਕੇ। ਜਾਓ ਕਹਦਾ ਬੈਸੀ। ਤੇ ਲੁਕੋ ਕੇ ਗੁਪਤਾਨ ਕਹਿੰਦਾ। ਹੂੰ ਗੁਪਤਾਨ। ਸੋਨੀ ਫਰੌਣ ਨੇ ਕਹਿੰਦਾ ਮੋੜ ਤੇ। ਫੜ ਆ ਗਿਆ ਪਰ। ਉੜਾ ਉੜਾ ਕੇ ਦੇਖ ਮਗਦੀ ਕੀ ਪਾ ਕੇ ਹੋ ਗਿਆ ਤਾਂ ਜੀ ਪੈਂਦਾ ਸੀ ਘਰ ਉੱਥੇ ਆ ਜਾਂਦੀ ਦੇਖ ਲੈ ਪਰਲ ਕੰਪਨੀ ਨਾਲ ਬਾਤ ਕਰ ਗਏ ਹੈ ਸੋ ਮੈਂ ਤੁਹਾਨੂੰ ਵੀਡੀਓ ਬਣਾਉਣ ਦਾ ਇੱਕੋ ਹੀ ਮਤਲਬ ਹੈ ਵੀ ਇਹ ਲੋਕ ਪਿੰਡ ਪਿੰਡ ਫਿਰਦੇ ਨੇ ਠੀਕ ਹੈ ਤੁਹਾਨੂੰ ਪਹਿਲਾਂ ਤੁਥੋਂ 100 ਰੁਪਏ ਮਗਾਉਣਗੇ ਫਿਰ ਉਹ ਵਾਪਸ ਕਰਨਗੇ ਆਪਾਂ ਕਵਾਂਗੇ ਕਿ ਨਹੀਂ ਯਾਰ ਉਹਨਾਂ ਨੇ ਇਹ ਵੀ ਕਿਹਾ ਵੀ ਬਾਬਿਆਂ ਨੂੰ ਸਾਨੂੰ ਸਾਧਾਂ ਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਹੁੰਦੀ ਸਾਡੀ ਤਮਾ ਭਰੀ ਹੋਈ ਹੈ ਆਪਾਂ ਗੱਲਾਂ ਚ ਆ ਜਾਂਦੇ ਆ ਗੱਲਾਂ 'ਚ ਆਉਣ ਤੋਂ ਬਾਅਦ 100 ਰੁਪਏ ਮੱਥਾ ਟੇਕਿਆ ਉਹਦੇ ਵਿੱਚ 1300 ਹੋਰ ਪਵਾ ਰਹੇ ਸੀਗੇ ਸ਼ੁਕਰ ਹੈ ਕਿ ਸਿਰਫ ਸਾਡਾ 600 ਰੁਪਏ ਗਏ 600 ਨਹੀਂ ਚ 598 ਰੁਪਏ ਕਿਉਂਕਿ 2 ਰੁਪਏ ਮੁੜ ਵੀ ਗਏ ਚਲ ਇੱਕ ਰਬੀ ਦਾ ਬਦਾਮ ਵੀ ਹੁੰਮਲਾਦਾ ਨਾ ਆਪਣੇ 597 ਰੁਪਏ ਦਾ ਕੱਲ ਅਸੀਂ ਜਿਹੜਾ ਸਭ ਕੁ ਸਿੱਖਿਆ ਦਾਣ ਕਰਿਆ ਹੈ ਦਾਣ ਦਾਣ ਕਾਦਾ ਕਰੇ ਮੈਂ ਉਹ ਤਾਂ ਧਿਆਨ ਕਰਨ ਦੀ ਲੋੜ ਹੈ ਦਾਣ ਕਰਨ ਦੀ ਲੋੜ ਨਹੀਂ ਹੈਗੀ ਧਿਆਨ ਕਰਿਆ ਕਰੋ ਦਾਨ ਨਾ ਕਰਿਆ ਕਰੋ ਦਾਨ ਜਿੱਥੇ ਦੇਣਾ ਹੈ ਉਹ ਤੁਹਾਨੂੰ ਪਤਾ ਹੀ ਹੁੰਦਾ ਥੋੜੇ ਆਲੇ-ਦੁਆਲੇ ਕੌਣ ਕਿੰਨਾ ਖੋਜਾ ਰਾਕੀ ਤੇ ਮਾਰ ਪਈ ਹੋਈ ਹੈ ਕੋਈ ਹੈ ਨਾ ਸੋ ਮੈਂ ਤੁਹਾਨੂੰ ਇਹੀ ਕਹਿਣਾ ਕਿ ਪਿੰਡ-ਪਿੰਡ ਇਹ ਫਿਰਦੇ ਆ ਬਚੋ ਇਹਨਾਂ ਤੋਂ ਬਹੁਤ ਤੁਹਾਨੂੰ ਚਾਸੀ ਚ ਲਿਆ ਕੇ ਕਿਉਂਕਿ ਅਸੀਂ ਜਜ਼ਬਾਤੀ ਆ ਸਾਨੂੰ ਕਿਸੇ ਨੂੰ ਕਿਸੇ ਦੇ ਔਲਾਦ ਨਹੀਂ ਹੈਗਾ ਉਹਨੂੰ ਕਹਿੰਦਾ ਵੀ ਤੇਰੇ ਔਲਾਦ ਹੋਊਗੀ ਠੀਕ ਹੈ ਉਹ ਕਿਸੇ ਨੂੰ ਕਹਿੰਦਾ ਵੀ ਤੇਰਾ ਮੁੰਡਾ ਆ ਕਰੂ ਫਲਾਉਣਾ ਕਰੂ ਅਸੀਂ ਜਜ਼ਬਾਤੀ ਹੋ ਜੰਨੇ ਆ ਅਸੀਂ ਅਖਿਆ ਵੀ ਬਾਬੇ ਨੇ 100 ਰੁਪਇਆ ਮੋੜਤਾ ਇਹਦਾ ਮਤਲਬ ਇਹਨੂੰ ਮਾਇਆ ਨਾਲ ਪਿਆਰ ਨਹੀਂ ਹੈਨਾ ਪਰ ਉਹ ਜਦੋਂ ਵੀ ਲਾਲਚ ਨਹੀਂ ਕਰਦਾ ਅੱਛਾ ਜਦੋਂ ਪੈਸੇ ਦੇਤੇ ਉਹਨੂੰ ਉਦੋਂ ਮਰ ਪਜ ਗਿਆ ਬਸ ਉਹ ਭਾੜ ਕੇ ਜਦੋਂ ਭੈਣ ਫੜਾ ਫੜਾ ਤੇ ਜਾ ਕੇ ਹਾਈ ਗੁੱਤ ਜਾਣਾ ਫੜ ਕੇ ਫੁਕਾ ਕੇ ਮਾਰ ਕੇ ਪਾੜ ਕੇ ਬਗਲੀ ਚ ਉੱਡ ਗਿਆ ਉਹ ਅੱਛਾ ਹਾਂ ਫਿਰ ਕੀ ਵੰਡਾ ਜਿ ਬਗਲੀਆ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਨਾ ਸੋ ਜੀ ਸਤਰ ਕਰੋ ਧਿਆਨ ਰੱਖਿਆ ਕਰੋ ਆਲੇ ਦੁਆਲੇ ਤੁਹਾਡੇ ਇਹ ਠੱਗਣ ਵਾਲੇ ਬਹੁਤ ਫਿਰਦੇ ਆ ਸ਼ਾਰਟਕਟ ਜਿਹੜੇ ਅਪਣਾਉਂਦੇ ਆ ਹੈਨਾ ਚਲੋ 596 ਰੁਪਈਆ ਚ ਸਾਨੂੰ ਤਾਂ ਬਹੁਤ ਵੱਡਾ ਤਯਾਰਬਾ ਮਿਲ ਗਿਆ ਮੈਂ ਅਸੀਂ ਵੀਡੀਓ ਤਾਂ ਬਣਾਈ ਆਏ ਆ ਮੇਰੀ ਬੇਬੇ ਵਰਗਿਆਂ ਹੋਰ ਅਨੇਕਾਂ ਬਜ਼ੁਰਗਾਂ ਬੁੜੀਆਂ ਹਨਾ ਵਿਚਾਰੀਆਂ ਭੋਲੀਆਂ ਨੇ ਖੁਸ਼ੀਆਂ ਤੁਹਾਨੂੰ ਅੰਦਰੋਂ ਮਿਲਦੀਆਂ ਹੁੰਦੀਆਂ ਨੇ ਕਿਸੇ ਬੂਬਨੇ ਸਾਥ ਕੋਲੋਂ ਨੇ ਮਿਲਣਗੀਆਂ ਕਿਸੇ ਹੁਭੋਰ ਤੋਂ ਨੇ ਮਿਲਣਗੀਆਂ ਆਪਣੇ ਆਪ ਅੰਦਰ ਚਾਤੀ ਮਾਰੋ ਖੁਦ ਹੀ ਤੁਸੀਂ ਸਭ ਕੁਝ ਕਰਨ ਵਾਲੇ ਤੇ ਉਹ ਬੰਦਾ ਪਾਗਲ ਬਣਾ ਕੇ ਤੁਰ ਗਿਆ ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਹੋਰ پاگل ਬਣਾਊਗਾ ਇਹ ਵੀਡੀਓ ਇੰਨੇ ਕੁ ਸ਼ੇਅਰ ਕਰੋ ਤਾਂ ਜੋ ਪਿੰਡ-ਪਿੰਡ ਘਰਾਂ ਚੋਂ ਚੋਲੋ ਬੰਦੇ ਨਹੀਂ ਹੁੰਦੇ ਕਈ ਵਾਰ ਤੇ ਇਹ ਬੁੜੀਆਂ ਨੂੰ ਚਾਸਾ ਦੇ ਕੇ ਐ ਨਹੀਂ ਪਤਾ ਇਹ ਕਹਿੰਦੇ ਨੇ ਵੀ ਆ ਤੇਰੇ ਕੰਨ ਦੇ ਕਾਂਟੇ ਲਾ ਕੇ ਫੜਾ ਦੇ ਨਾ ਗਲਦੀ ਚੇਨ ਲਾ ਕੇ ਫੜਾ ਦੇ ਕੇ ਮੈਂ ਇਹਨੂੰ ਪਵਿੱਤਰ ਕਰਨਾ ਹੈ ਫੂਕ ਜੀ ਮਾਰ ਕੇ ਪਹਿਲਾਂ ਡਰਾ ਦਿੱਤਾ ਉਹਨੇ ਹੋਰ ਕਿਵੇਂ ਡਰੇਸੀ ਕਰਕੇ ਅੱਛਾ ਮੈਂ ਉਹਨੂੰ ਬਹੁੜਾ ਜਪਾਟ ਕਰੂੰਗਾ ਮੈਂ ਬਹੁਤ ਕਰਨ ਦਾ ਆਸੀ ਕਰਤਾ ਪਾਠ ਹਾਂ ਕੱਢ ਕੇ ਤੂੰ ਦੇਖ ਨੀ ਕਿੰਨੇ ਅੰਦਰ 600 ਰੁਪਏ ਤਾਂ ਵੜੀ ਗਏ ਯਾਰ ਐਂ ਕਰਦੇ ਹੁਣ ਇਹ ਬਦਾਮ ਖਾ ਲਈ ਇਹ ਖਾ ਕੇ ਥੋੜੀ ਜਿਹੀ ਅਕਲ ਆਊ ਆਪਾਂ ਨੂੰ ਠੀਕ ਹੈ ਤਾਂ ਜੋ ਅੱਗੇ ਤੋਂ ਠੀਕ ਹੈ ਜੀ ਬੱਚੋ ਇਹਨਾਂ ਤੋਂ ਮੈਂ ਸਾਡੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੀਬੀਆਂ ਨੂੰ ਹਨਾ ਫੋਨ ਮੈਂ ਇੱਕ ਸਨੇਹਾ ਦਿੰਦਾ ਕਿ ਤੁਹਾਡੇ ਘਰੇ ਆਉਣਗੇ ਇਹ ਕਦੇ ਕਿਸੇ ਤੇ ਕੋਈ ਯਕੀਨ ਨਹੀਂ ਕਰਨਾ ਠੀਕ ਹੈ ਜੇ ਨੇੜੇ ਤੇੜੇ ਤੁਹਾਡਾ ਕੋਈ ਬੰਦਾ ਹੈਗਾ ਉਹਨੂੰ ਫੋਨ ਕਰੋ ਕਦੇ ਵੀ ਕਿਸੇ ਦੇ ਝਾਥੇ ਚ ਨਹੀਂ ਆਉਣਾ ਦੁਗਣੇ ਕਰਨ ਦੇ ਚੱਕਰ ਚ ਪਹਿਲਾਂ ਪਰਲ ਕੰਪਨੀ ਨੇ ਪਤਾ ਨਹੀਂ ਕਿੰਨੇ ਲੋਕ ਡੋਬਤੇ ਕਿੰਨੇ ਘਰਾਂ ਦੇ ਜਿਹੜੇ ਚੁੱਲ੍ਹੇ ਆ ਠੰਡੇ ਕਰਦੇ ਹੋ ਸੋ ਵੀਡੀਓ ਵੱਤ ਵਤ ਸ਼ੇਅਰ ਕਰ ਦਿਓ ਬੱਚੋ ਇਹਨਾਂ ਲੋਕਾਂ ਤੋਂ